ਹਾਂਜੀ, ਮੇਰੇ ਸਾਰੇ ਦੋਸਤਾਂ ਨੂੰ ਇੱਕ ਵਾਰੀ ਫਿਰ ਤੋਂ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਆਪਾਂ ਤੁਹਾਡੇ ਨਾਲ ਥੋੜ੍ਹੀ ਜਿਹੀ UK ਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨੀ ਆ, ਕਿਉਂਕਿ UK ਗੌਰਮੈਂਟ ਨੇ ਜਿਹੜਾ ਯੰਗ ਵੀਜ਼ਾ ਹੁੰਦਾ ਆ, ਜਿਹਨੂੰ ਆਪਾਂ ਯੰਗ ਵਰਕ ਪਰਮਿਟ ਕਹਿ ਸਕਦੇ ਹਾਂ, ਉਹ ਦੁਬਾਰੋ ਫਿਰ ਓਪਨ ਕੀਤਾ ਆ। UK ਗੌਰਮੈਂਟ ਆ ਜਿਹੜੀ ਇਹਨੂੰ ਹਰੇਕ ਟਾਈਮ ਦੀ ਟਾਈਮ ਜਿਹੜਾ ਆ ਓਪਨ ਕਰਦੀ ਆ, ਐਕਟੀ ਵੀ ਉਹਨੇ ਓਪਨ ਕੀਤਾ ਆ। ਇਹਦੇ ਵਿੱਚ ਜਿਹੜੀ ਤੁਹਾਡੀ ਏਜ ਆ ਉਹ 16 ਸਾਲ ਤੋਂ ਲੈ ਕੇ ਜਿਹੜੀ 30 ਸਾਲ ਤੱਕ ਤੁਹਾਡੀ ਏਜ ਚਾਹੀਦੀ ਆ, ਅਤੇ ਉਸ ਦੇ ਵਿੱਚ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਚਾਹੀਦਾ ਹੈ, ਅਤੇ ਤੁਸੀਂ ਜਿਹੜਾ ਆ ਇਹ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ। ਮੈਂ ਤੁਹਾਡੇ ਨਾਲ ਅੱਜ ਜਿਹੜੀ ਆ ਵੀਡੀਓ ਦੇ ਵਿੱਚ ਥੋੜ੍ਹਾ ਜਿਹਾ ਸ਼ੇਅਰ ਕਰ ਦਿੰਦਾ ਵੀ ਤੁਸੀਂ ਜਿਹੜਾ ਫਾਰਮ ਆ ਉਹਨੂੰ ਕਿਸ ਤਰੀਕੇ ਨਾਲ ਫਿਲ ਕਰਨਾ, ਕਿਉਂਕਿ ਮੈਂ ਹੁਣੇ 2 ਜਿਹੜੇ ਫਾਰਮ ਆ ਫਿਲ ਕੀਤੇ ਆ, ਫਿਲ ਕਰਕੇ ਮੈਂ ਜਿਹੜੀ ਇਹ ਵੀਡੀਓ ਬਣਾ ਰਿਹਾ ਆ। ਇਹਦੇ ਵਿੱਚ ਦੋਸਤੋ ਇਹ ਆ ਵੀ ਜਿਹੜਾ ਇਹਦੇ ਵਿੱਚ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ, ਫ੍ਰੀ ਆ ਬਿਲਕੁਲ। ਤੁਸੀਂ ਕੀ ਕਰ ਸਕਦੇ ਆ ਵੀ ਸਿਰਫ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਚਾਹੀਦਾ, ਇਹ UK ਗੌਰਮੈਂਟ ਦੀ ਅਫੀਸ਼ੀਅਲ ਵੈਬਸਾਈਟ ਆ, ਉਹਦੇ ਉੱਤੇ ਸ਼ੇਅਰ ਕਰਨੀ ਆ ਆਪਣਾ ਬਾਇਓਡਾਟਾ ਜਿਹੜਾ ਤੁਸੀਂ ਸ਼ੇਅਰ ਕਰਨਾ ਆ। ਜੇ ਤੁਸੀਂ ਬਾਅਦ 'ਚ ਉਹ ਸਿਲੈਕਟ ਹੋ ਜਾਂਦੇ ਹੋ, ਜਦੋਂ ਤੁਸੀਂ ਸਿਲੈਕਟ ਹੋ ਗਏ ਫਿਰ ਤੁਹਾਨੂੰ ਮੇਲ ਆਉਣੀ ਆ ਵੀ ਉਹ ਡਾਕੂਮੈਂਟ ਉਹਨਾਂ ਨੂੰ ਜਿਹੜਾ 30 ਦਿਨਾਂ ਦੇ ਅੰਦਰ ਅੰਦਰ ਜਿਹੜੇ ਆ ਪ੍ਰੋਵਾਈਡ ਕਰਨੇ ਆ, ਅਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਤੁਹਾਡਾ ਵੀਜ਼ਾ ਆ ਉਹ ਲੱਗ ਕੇ ਆ ਜਾਏਗਾ। ਅਤੇ ਇਹਨੂੰ ਤੁਸੀਂ ਜਿਹੜਾ ਇੱਕ ਲੋਟਰੀ ਜਿਹੜਾ ਸਿਸਟਮ ਕਹਿ ਸਕਦੇ ਆ ਵੀ ਲੋਟਰੀ ਵਾਂਗੂ ਹੀ ਆ, ਜੇ ਤਾਂ ਤੁਹਾਡੀ ਕਿਸਮਤ 'ਚ ਹੋਇਆ, ਜੇ ਤੁਹਾਡੀ ਲੋਟਰੀ ਲੱਗ ਗਈ ਤਾਂ ਤੁਸੀਂ ਸਮਝ ਲਓ ਵੀ ਦੋਸਤੋ ਤੁਸੀਂ ਫ੍ਰੀ ਦੇ ਵਿੱਚ, ਫ੍ਰੀ ਵਾਂਗੂ ਹੀ ਤੁਸੀਂ ਮੰਨ ਲਓ ਵੀ ਫ੍ਰੀ ਦੇ ਵਿੱਚ ਤੁਸੀਂ ਜਿਹੜਾ UK ਦਾ ਵਰਕ ਪਰਮਿਟ ਆ 2 ਸਾਲ ਦਾ ਤੁਸੀਂ ਉਹ ਲੈ ਸਕਦੇ ਆ। ਸੋ ਇਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਸ਼ੇਅਰ ਕਰ ਦੇਵਾਂ ਵੀ ਜੇ ਤੁਹਾਡੇ ਕੋਲ ਲੈਪਟਾਪ ਨਹੀਂ ਹੈਗਾ, ਕੰਪਿਊਟਰ ਨਹੀਂ ਹੈਗਾ, ਤੁਸੀਂ ਆਪਣੇ ਫੋਨ ਤੋਂ ਭਰ ਸਕਦੇ ਆ, ਪਰ ਫੋਨ ਤੁਹਾਡੇ ਕੋਲ ਆਈਫੋਨ ਹੋਣਾ ਚਾਹੀਦਾ, ਜਿਹੜਾ ਐਂਡਰੋਇਡ ਫੋਨ ਆ ਉਹਦੇ ਵਿੱਚ ਜਿਹੜੀ ਇਹ ਸਾਈਡ ਆ ਓਪਨ ਨਹੀਂ ਹੋ ਰਹੀ। ਤੁਹਾਡੇ ਕੋਲ ਆਈਫੋਨ ਹੋਣਾ ਚਾਹੀਦਾ, ਜਾਂ ਤੁਹਾਡੇ ਕੋਲ ਲੈਪਟਾਪ ਹੋਣਾ ਚਾਹੀਦਾ, ਜਾਂ ਤੁਹਾਡੇ ਕੋਲ ਕੰਪਿਊਟਰ ਹੋਣਾ ਚਾਹੀਦਾ। ਫੋਨ ਤੋਂ ਹੀ ਥੋੜ੍ਹਾ ਜਿਹਾ ਜਿਹੜਾ ਆ ਫਿਲ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਵੀ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਫਿਲ ਕਰ ਸਕਦੇ ਹਾਂ। ਲਓ ਦੋਸਤੋ, ਸਭ ਤੋਂ ਪਹਿਲਾਂ ਤੁਸੀਂ ਉਹ ਗੂਗਲ ਖੋਲ੍ਹ ਲੈਣਾ ਆ। ਗੂਗਲ 'ਤੇ ਜਾ ਕੇ ਤੁਸੀਂ ਟਾਈਪ ਕਰਨਾ ਆ ਇੰਡੀਅਨ ਯੰਗ ਪ੍ਰੋਫੈਸ਼ਨਲ ਵੀਜ਼ਾ। ਤੁਸੀਂ ਇਹ ਜਿਹੜਾ ਆ ਗੂਗਲ ਦੇ ਉੱਤੇ ਟਾਈਪ ਕਰਨਾ ਆ, ਅਤੇ ਦੋਸਤੋ ਜਦੋਂ ਤੁਸੀਂ ਇਹ ਟਾਈਪ ਕਰਕੇ ਟੱਚ ਕਰਨਾ ਤਾਂ ਮੂਹਰੇ UK ਜਿਹੜੀ ਗੌਰਮੈਂਟ ਦੀ ਅਫੀਸ਼ੀਅਲ ਵੈਬਸਾਈਟ ਖੁੱਲ੍ਹ ਜਾਣੀ ਆ। ਆ ਤੁਸੀਂ ਦੇਖ ਸਕਦੇ ਆ ਇਹਦੇ ਉੱਤੇ ਤੁਸੀਂ ਟੱਚ ਕਰ ਦੇਣਾ ਆ। ਉਸ ਤੋਂ ਬਾਅਦ ਥੋੜ੍ਹਾ ਜਿਹਾ ਥੱਲੇ ਜਾ ਕੇ ਅਪਲਾਈ 'ਤੇ ਤੁਸੀਂ ਜਿਹੜਾ ਆ ਇਹਨੂੰ ਟੱਚ ਕਰਨਾ ਆ। ਅਪਲਾਈ ਜਿੱਥੇ ਲਿਖਿਆ ਆ ਥੱਲੇ ਤੁਸੀਂ ਥੋੜ੍ਹਾ ਜਿਹਾ ਦੇਖ ਸਕਦੇ ਹੋ, ਅਪਲਾਈ 'ਤੇ ਜਾ ਕੇ ਆ ਲਿਖਿਆ ਨਾ ਇੰਡੀਅਨ ਯੰਗ ਪ੍ਰੋਫੈਸ਼ਨਲ ਵੀਜ਼ਾ ਜਿਹੜਾ ਆ, ਇਹਦੇ ਉੱਤੇ ਟੱਚ ਕਰਕੇ ਦੋਸਤੋ ਇੱਦਾਂ ਦਾ ਮੂਹਰੇ ਪੇਜ ਖੁੱਲ੍ਹ ਜਾਣਾ ਆ। ਇਹ ਪੇਜ ਖੁੱਲ੍ਹਣ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਇਹਨੂੰ ਥੱਲੇ ਕਰਕੇ ਤੁਸੀਂ ਜੇ ਪੜ੍ਹਨਾ ਵੀ ਆ ਤੁਸੀਂ ਪੜ੍ਹ ਵੀ ਸਕਦੇ ਆ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਤਾਂ ਤੁਸੀਂ ਥੱਲੇ ਜਾ ਕੇ ਆ ਐਂਟਰ ਜਿੱਥੇ ਲਿਖਿਆ ਆ ਨਾ ਐਂਟਰ ਦੇ ਉੱਤੇ ਤੁਸੀਂ ਟੱਚ ਕਰ ਦੇਣਾ ਆ। ਇਹ ਦੋਸਤੋ ਕੱਲ੍ਹ 1:30 ਵਜੇ ਤੱਕ ਆ, ਕੱਲ੍ਹ 1:30 ਵਜੇ ਤੱਕ ਜਿਹੜਾ ਇਹ ਟਾਈਮ ਆ, 1:30 ਵਜੇ ਤੋਂ ਬਾਅਦ ਜਿਹੜੀ ਇਹ ਸਾਈਡ ਆ ਉਹ ਬੰਦ ਹੋ ਜਾਣੀ ਆ। 1:30 ਵਜੇ ਤੋਂ ਪਹਿਲਾਂ ਤੁਸੀਂ ਜਿਹੜਾ ਆ ਇਹ ਜਿਹੜੀ ਆਪਣਾ ਫੋਮ ਆ ਫਿਲ ਕਰਨਾ ਆ ਇਹ ਸਬਮਿਟ ਕਰਨੀ ਆ। ਉਸ ਤੋਂ ਬਾਅਦ ਦੋਸਤੋ ਇਹਦੇ ਉੱਤੇ ਤੁਸੀਂ ਜਾ ਕੇ ਕੰਟੀਨਿਊ ਕਰ ਦੇਣਾ ਆ। ਕੰਟੀਨਿਊ ਕਰਨ ਤੋਂ ਬਾਅਦ ਅੱਗੇ ਫੇਰ ਪੇਜ ਖੁੱਲ੍ਹ ਜਾਣਾ। ਦੋਸਤੋ ਇਹਦੇ ਵਿੱਚ ਇਹ ਪੁੱਛ ਰਿਹਾ ਵੀ ਤੁਸੀਂ ਜਿਹੜੀ ਆਪਣੀ ਫਾਈਲ ਆ ਖੁਦ ਆਪ ਅਪਲਾਈ ਕਰ ਰਹੇ ਹੋ, ਤਾਂ ਮੀ ਕਰਕੇ ਉਹਦੇ ਉੱਤੇ ਫਿਰ ਕੰਟੀਨਿਊ ਕਰ ਦੇਣਾ ਆ। ਉਸ ਤੋਂ ਬਾਅਦ ਦੋਸਤੋ ਫਿਰ ਇਹਦੇ ਵਿੱਚ ਤੁਹਾਡਾ ਜਿਹੜਾ ਆ ਉਹ ਗਿਵਨ ਨੇਮ, ਇਹ ਤੁਸੀਂ ਪਾਸਪੋਰਟ ਤੋਂ ਦੇਖ ਕੇ ਆਪਣਾ ਜਿਹੜਾ ਆ ਨਾਮ ਲਿਖਣਾ। ਦੋਸਤੋ ਚਾਹੇ ਤੁਹਾਡੇ ਪਾਸਪੋਰਟ ਦੇ ਉੱਤੇ ਗਿਵਨ ਨੇਮ ਹੈਗਾ, ਸਰਨੇਮ ਹੈਗਾ, ਤਾਂ ਤੁਸੀਂ ਦੋਸਤੋ ਜੇ ਨਹੀਂ ਵੀ ਹੈਗਾ, ਜੋ ਤੁਹਾਡਾ ਗਿਵਨ ਨੇਮ ਆ ਜੋ ਤੁਹਾਡਾ ਸਰਨੇਮ ਆ ਉਹ ਦੋਨਾਂ ਸੇਮ ਤੁਸੀਂ ਇੱਕ 'ਚ ਹੀ ਜਿਹੜਾ ਉਹ ਮੈਂਸ਼ਨ ਕਰ ਸਕਦੇ ਆ, ਤਾਂ ਤੁਸੀਂ ਆਪਣਾ ਨਾਮ ਲਿਖ ਕੇ ਤਾਂ ਉਸ ਤੋਂ ਬਾਅਦ ਜਿਹੜਾ ਇਹਨੂੰ ਕੰਟੀਨਿਊ ਕਰ ਦੇਣਾ ਆ। ਕੰਟੀਨਿਊ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੋਸਤੋ ਅੱਗੇ ਜਾ ਕੇ
ਜਦੋਂ ਨੈਕਸਟ ਪੇਜ ਖੋਲ੍ਹਣਾ ਆ ਇਹਦੇ ਵਿੱਚ ਇੱਕ ਜਿਹੜਾ ਤੁਹਾਨੂੰ ਇੰਡੀਅਨ ਤੁਸੀਂ ਲਿਖਣਾ ਇਹਦੇ ਵਿੱਚ ਕਿਸ ਕੰਟਰੀ ਤੋਂ ਤੁਸੀਂ ਜਿਹੜਾ ਇਹ ਅਪਲਾਈ ਕਰ ਰਹੇ ਹੋ ਇੰਡੀਅਨ ਲਿਖ ਦੇਣਾ ਆ, ਇੰਡੀਅਨ ਲਿਖ ਕੇ ਤੁਸੀਂ ਕੰਟੀਨਿਊ ਕਰ ਦੇਣਾ ਆ। ਕੰਟੀਨਿਊ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣਾ ਜਿਹੜਾ ਪਾਸਵਰਡ ਦਾ ਤੁਹਾਡਾ ਨੰਬਰ ਆ ਉਹ ਤੁਸੀਂ ਇਹਦੇ ਉੱਤੇ ਫਿਲ ਕਰਨਾ ਆ। ਉਸ ਤੋਂ ਬਾਅਦ ਜਿਹੜਾ ਕੰਟਰੀ ਤੋਂ ਤੁਹਾਡਾ ਇਸ਼ੂ ਹੋਇਆ, ਮੈਂ ਪਹਿਲਾਂ ਕਿਉਂਕਿ ਦੋਸਤੋ ਇਹ ਮੇਰੇ ਇੱਕ ਉਹ ਫਰੈਂਡ ਦਾ ਆ, ਮੈਂ ਫਿਲ ਕਰ ਰਿਹਾ ਹਾਂ, ਉਹਨੇ ਮੈਨੂੰ ਆਪਣਾ ਪਾਸਵਰਡ ਦੀ ਡਿਟੇਲ ਭੇਜੀ ਸੀ, ਉਹੀ ਆਪਾਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰ ਦੇਣਾ ਆ। ਤਾਂ ਉਸ ਤੋਂ ਬਾਅਦ ਥੱਲੇ ਆ ਕੇ ਤੁਸੀਂ ਇੰਡੀਅਨ ਜਿਹੜਾ ਲਿਖ ਦੇਣਾ ਆ, ਇੰਡੀਅਨ ਤੋਂ ਬਾਅਦ ਤੁਸੀਂ ਯੈਸ ਕਰ ਦੇਣਾ ਆ। ਉਸ ਤੋਂ ਬਾਅਦ ਜਿਹੜਾ ਤੁਹਾਡਾ ਪਾਸਵਰਡ ਦੀ ਐਕਸਪਾਇਰੀ ਡੇਟ ਆ ਉਹ 'ਤੇ ਤੁਸੀਂ ਆਪਣੀ ਪਾਸਵਰਡ ਦੀ ਐਕਸਪਾਇਰੀ ਡੇਟ ਮੈਂਸ਼ਨ ਕਰ ਦੇਣੀ ਆ। ਇੱਥੇ ਮੈਂ ਮੈਂਸ਼ਨ ਕਰ ਦਿੰਦਾ ਹਾਂ, ਮੈਂਸ਼ਨ ਕਰਨ ਤੋਂ ਬਾਅਦ ਦੋਸਤੋ ਕੰਟੀਨਿਊ ਫੇ ਕਰ ਦੇਣਾ ਆ। ਕੰਟੀਨਿਊ ਕਰਨ ਤੋਂ ਬਾਅਦ ਫਿਰ ਅਗਲਾ ਪੇਜ ਖੁੱਲ੍ਹ ਜਾਣਾ ਆ। ਉਸ ਤੋਂ ਬਾਅਦ ਤੁਹਾਡੀ ਜਿਹੜੀ ਆ ਡੇਟ ਆਫ ਬਰਥ ਆਉਣੀ ਆ, ਜੋ ਵੀ ਤੁਹਾਡੀ ਡੇਟ ਆ ਇਹਦੇ ਵਿੱਚ ਡੇਟ, ਫਿਰ ਮੰਥ, ਫਿਰ ਈਅਰ ਤੁਸੀਂ ਇਹਦੇ ਵਿੱਚ ਲਿਖ ਕੇ ਉਸ ਤੋਂ ਬਾਅਦ ਫਿਰ ਉਹਨੂੰ ਜਿਹੜਾ ਤੁਸੀਂ ਕੰਟੀਨਿਊ ਕਰ ਦੇਣਾ ਆ। ਫਿਰ ਇਹਨੂੰ ਕੰਟੀਨਿਊ ਕਰ ਦੇਣਾ ਤੁਸੀਂ ਦੋਸਤੋ, ਅਤੇ ਉਸ ਤੋਂ ਬਾਅਦ ਅਗਲਾ ਪੇਜ ਖੁੱਲ੍ਹ ਜਾਣਾ ਆ। ਇਸ ਦੇ ਵਿੱਚ ਦੋਸਤੋ ਤੁਸੀਂ ਆਪਣੀ ਜਿਹੜੀ ਈਮੇਲ ਆਈ ਡੀ ਆ, ਤੁਹਾਡੀ ਈਮੇਲ ਆਈ ਡੀ ਤੁਸੀਂ ਮੈਂਸ਼ਨ ਕਰਨੀ ਆ। ਮੈਂਸ਼ਨ ਕਰਕੇ ਤੁਸੀਂ ਉਸ ਤੋਂ ਬਾਅਦ ਇਹਨੂੰ ਕੰਟੀਨਿਊ ਕਰ ਦੇਣਾ। ਕੰਟੀਨਿਊ ਕਰਨ ਤੋਂ ਬਾਅਦ ਦੋਸਤੋ ਤੁਹਾਡੀ ਜਿਹੜੀ ਮੇਲ ਹੋਊਗੀ, ਮੇਲ ਦੇ ਵਿੱਚ ਜਿਹੜਾ ਤੁਹਾਨੂੰ ਇੱਕ ਕੋਡ ਆਏਗਾ, ਕੋਡ ਤੁਸੀਂ ਉਹਦੇ 'ਤੇ ਫਿਲ ਕਰਨਾ ਆ। ਇਹਨੂੰ ਕੰਟੀਨਿਊ ਕਰ ਦਿਓ ਤੁਸੀਂ। ਕੰਟੀਨਿਊ ਕਰਨ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਮੇਲ ਆਏਗੀ, ਆ ਤੁਸੀਂ ਇੱਥੇ ਜਿਹੜਾ ਕੋਡ ਆਪਣਾ ਭਰਨਾ ਆ, ਮੇਲ ਦੇ ਵਿੱਚ ਤੁਹਾਨੂੰ ਕੋਡ ਆਉਣਾ ਆ। ਤੁਸੀਂ ਜਿਹੜਾ ਮੈਂ ਤੁਹਾਨੂੰ ਦੱਸਦਾ, ਮੇਲ ਦੇ ਵਿੱਚ ਜਾ ਕੇ ਤੁਹਾਨੂੰ ਇੱਕ ਕੋਡ ਆ ਜਾਣਾ ਆ। ਇਹ 1-2 ਮਿੰਟ ਲੱਗਦੇ ਆ ਕਈ ਵੇਲੇ ਦੋਸਤੋ, ਵੇਟ ਕਰ ਲਿਆ ਆ, ਮੈਨੂੰ ਕੋਡ ਆ ਗਿਆ ਆ। ਅਤੇ ਉਸ ਤੋਂ ਬਾਅਦ ਇਹ ਕੋਡ ਤੁਸੀਂ ਜਿਹੜਾ ਆਪਣਾ ਕੋਡ ਆ ਇਹਦੇ ਵਿੱਚ ਮੈਂਸ਼ਨ ਕਰ ਦੇਣਾ ਆ। ਕੋਡ ਤੁਸੀਂ ਇਹਦੇ ਉੱਤੇ ਲਿਖ ਕੇ ਉਸ ਤੋਂ ਬਾਅਦ ਤੁਸੀਂ ਕੰਟੀਨਿਊ ਫੇ ਕਰ ਦੇਣਾ ਆ। ਦੋਸਤੋ ਇਹ ਯਾਦ ਰੱਖਿਓ ਵੀ ਇਹ ਕੱਲ੍ਹ 1:30 ਵਜੇ ਤੱਕ ਰਿਹਾ, 1:30 ਵਜੇ ਤੋਂ ਬਾਅਦ ਜਿਹੜੀ ਸਾਈਟ ਬੰਦ ਹੋ ਜਾਣੀ ਆ। ਇਸ ਤੋਂ ਬਾਅਦ ਤੁਸੀਂ ਵੀ ਇਹਨੂੰ ਜਿਹੜਾ ਆ ਦੋਸਤੋ ਨੋ ਕਰ ਦੇਣਾ, ਨੋ ਕਰਨ ਤੋਂ ਬਾਅਦ ਕੰਟੀਨਿਊ ਫੇ ਕਰ ਦੇਣਾ ਆ। ਅਤੇ ਇਹ ਕੱਲ੍ਹ 1:30 ਵਜੇ ਤੱਕ ਰਿਹਾ ਦੋਸਤੋ, 1:30 ਵਜੇ ਤੋਂ ਬਾਅਦ ਜਿਹੜੀ ਇਹ ਸਾਈਟ ਬੰਦ ਹੋ ਜਾਣੀ ਆ। ਸਾਰਾ ਤੁਸੀਂ ਚੈੱਕ ਕਰਕੇ ਉਸ ਤੋਂ ਬਾਅਦ ਕ੍ਰੀਏਟ ਅਕਾਊਂਟ ਦੇ ਉੱਤੇ ਟੱਚ ਕਰ ਦੇਣਾ ਆ। ਫਿਰ ਤੁਹਾਡਾ ਇੱਕ ਅਕਾਊਂਟ ਜਿਹੜਾ ਉਹ ਕ੍ਰੀਏਟ ਹੋ ਜਾਣਾ, ਫਿਰ ਤੁਸੀਂ ਸਾਈਨ ਇਨ ਕਰਨਾ ਆ। ਸਾਈਨ ਇਨ ਕਰਨ ਤੋਂ ਬਾਅਦ ਫਿਰ ਦੋਸਤੋ ਇਹਦੇ ਵਿੱਚ ਤੁਹਾਡਾ ਜਿਹੜਾ ਪਾਸਵਰਡ 'ਤੇ ਤੁਸੀਂ ਟੱਚ ਕਰਨਾ ਆ, ਫਿਰ ਕੰਟੀਨਿਊ, ਫਿਰ ਇਹਦੇ ਵਿੱਚ ਤੁਹਾਡਾ ਜਿਹੜਾ ਪਾਸਵਰਡ ਦਾ ਨੰਬਰ ਆ ਫਿਰ ਤੁਸੀਂ ਉਹਨੂੰ ਜਿਹੜਾ ਆ ਇਹ ਲਿਖਣਾ ਆ, ਜਿਹੜਾ ਤੁਸੀਂ ਪਹਿਲਾਂ ਆਪਣਾ ਪਾਸਵਰਡ ਦਾ ਦੇਖ ਕੇ ਤੁਸੀਂ ਜਿਹੜਾ ਆ ਜੋ ਵੀ ਆ ਆਪਣੇ ਪਾਸਵਰਡ ਨੂੰ ਕੋਲ ਰੱਖਿਓ ਦੋਸਤੋ, ਜਦੋਂ ਵੀ ਇਹ ਫਾਰਮ ਭਰਨਾ ਆ ਪਾਸਵਰਡ ਤੋਂ ਡਿਟੇਲ ਦੇਖ ਕੇ। ਉਸ ਤੋਂ ਬਾਅਦ ਦੋਸਤੋ ਇਹਦੇ ਵਿੱਚ ਜਿਹੜਾ ਆ ਤੁਹਾਡਾ ਡੇਟ ਆਫ ਬਰਥ ਹੋਣੀ ਆ, ਜੋ ਤੁਸੀਂ ਪਹਿਲਾਂ ਮੈਂਸ਼ਨ ਕੀਤੀ ਸੀ ਉਹੀ ਤੁਸੀਂ ਇਹਦੇ ਵਿੱਚ ਫਿਰ ਮੈਂਸ਼ਨ ਕਰ ਦੇਣੀ ਆ। ਡੇਟ ਆਫ ਬਰਥ ਫਿਰ ਲੈ ਕੇ ਤੁਸੀਂ ਇਹਨੂੰ ਜਿਹੜਾ ਆ ਫਿਰ ਕੰਟੀਨਿਊ ਕਰ ਦੇਣਾ ਆ। ਅਤੇ ਦੋਸਤੋ ਇਹ ਕੱਲ੍ਹ 1:30 ਵਜੇ ਤੱਕ ਰਿਹਾ, 1:30 ਵਜੇ ਤੋਂ ਬਾਅਦ ਇਹ ਜਿਹੜੀ ਆ ਸਾਈਟ ਬੰਦ ਹੋ ਜਾਣੀ ਆ। ਤਾਂ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਭਰ ਸਕਦੇ ਆ। ਅਤੇ ਜਦੋਂ ਇਹ ਤੁਸੀਂ ਫਿਲ ਕਰਤਾ ਫਿਰ ਤੁਹਾਨੂੰ ਮੇਲ ਦੇ ਵਿੱਚ ਪੂਰਾ ਜਿਹੜਾ ਆ ਉਹ ਸ਼ੇਅਰ ਕਰ ਦੇਣਗੇ ਜੋ ਵੀ। ਫਿਰ ਤੁਸੀਂ ਇਹਨੂੰ ਕੰਟੀਨਿਊ ਕਰ ਦੇਣਾ ਆ। ਕੰਟੀਨਿਊ ਕਰਨ ਤੋਂ ਬਾਅਦ ਫਿਰ ਤੁਹਾਨੂੰ ਇੱਕ ਮੇਲ ਦੇ ਵਿੱਚ ਕੋਡ ਆਏਗਾ ਦੋਸਤੋ, ਮੇਲ ਦੇ ਵਿੱਚ ਇੱਕ ਕੋਡ ਆਉਣਾ ਆ, ਫਿਰ ਤੁਸੀਂ ਉਹ ਜਿਹੜਾ ਕੋਡ ਇਹਦੇ ਉੱਤੇ ਟਾਈਪ ਕਰਨਾ ਆ। ਇਹ ਕੋਡ ਆ ਗਿਆ ਮੈਨੂੰ, ਇਹ ਤੁਸੀਂ ਫਿਰ ਜਿਹੜਾ ਇੱਥੇ ਸਿਕਿਉਰਿਟੀ ਕੋਡ ਲਿਖਿਆ ਇਹਦੇ ਵਿੱਚ ਤੁਸੀਂ ਇਹਨੂੰ ਲਿਖ ਦੇਣਾ ਆ। ਜੋ ਵੀ ਤੁਹਾਡਾ ਕੋਡ ਆਇਆ ਹੋਊਗਾ ਤੁਸੀਂ ਇਹਨੂੰ ਫਿਰ ਕੰਟੀਨਿਊ ਕਰ ਦਿਓ।
ਕੰਟੀਨਿਊ ਕਰਨ ਤੋਂ ਬਾਅਦ ਦੋਸਤੋ ਥੋੜ੍ਹਾ ਜਿਹਾ ਗਲਾ ਖਰਾਬ ਆ, ਸੋਰੀ। ਤਾਂ ਉਸ ਤੋਂ ਬਾਅਦ ਸਟਾਰਟ ਐਪਲੀਕੇਸ਼ਨ 'ਤੇ ਦੋਸਤੋ ਅਸੀਂ ਟੱਚ ਕਰ ਦੇਣਾ ਆ। ਤੁਹਾਡਾ ਜਿਹੜਾ ਅਕਾਊਂਟ ਉਹ ਬਣ ਗਿਆ ਆ, ਤੁਸੀਂ ਸਟਾਰਟ ਐਪਲੀਕੇਸ਼ਨ 'ਤੇ ਜਿਹੜਾ ਤੁਸੀਂ ਟੱਚ ਕਰਨ ਤੋਂ ਬਾਅਦ ਫਿਰ ਜਿਹੜਾ ਅੱਗੇ ਜਾ ਕੇ ਤੁਹਾਡਾ ਆ ਐਪਲੀਕੇਸ਼ਨ ਸਟਾਰਟ ਹੋ ਜਾਣੀ ਆ। ਇਹਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ, ਇਹਦੇ ਵਿੱਚ ਜਿਹੜਾ ਆ ਤੁਹਾਡਾ ਡਾਊਨਲੋਡ ਹੋ ਜਾਣਾ ਸਾਰਾ ਕੁਛ, ਡਾਟਾ ਅਪਲੋਡ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਜਿਹੜੀ ਮੇਲ ਆ, ਮੇਲ ਦੇ ਉੱਤੇ ਟੱਚ ਕਰ ਦੇਣਾ ਆਪਣਾ, ਉਹਨੂੰ ਕੰਟੀਨਿਊ ਕਰਨਾ ਆ। ਕੰਟੀਨਿਊ ਕਰਨ ਤੋਂ ਬਾਅਦ ਫਿਰ ਦੋਸਤੋ ਇਹਦੇ ਵਿੱਚ ਤੁਹਾਡਾ ਫਿਰ ਜਿਹੜਾ ਆ ਇਹਨੂੰ ਤੁਸੀਂ ਚੈੱਕ ਕਰਕੇ ਫਿਰ ਆਂਸਰ ਆ ਇਹਨੂੰ ਕੰਟੀਨਿਊ ਕਰ ਦਿਓ। ਕੰਟੀਨਿਊ ਕਰਨ ਤੋਂ ਬਾਅਦ ਫਿਰ ਤੁਹਾਡਾ ਜਿਹੜੇ ਦੋ ਆਪਣੀਆਂ ਫਾਈਲਾਂ ਅਪਲੋਡ ਆ ਗਈਆਂ, ਉਸ ਤੋਂ ਬਾਅਦ ਤੁਹਾਡਾ ਅਪਲੋਡ ਹੋਣਾ ਆ। ਅਤੇ ਫਿਰ ਇਹਦੇ ਵਿੱਚ ਤੁਸੀਂ ਵੀ ਜੇ 18 ਸਾਲ ਤੋਂ ਇਹ ਵੱਧੋਂ ਜਾਂ 18 ਸਾਲ ਦੇ ਅੰਦਰੋਂ ਜਾਂ ਇਹ ਤੁਹਾਡੀ ਮੈਰਿਜ ਹੋਈ ਆ, ਤੁਹਾਡੇ ਬੱਚੇ ਆ, ਜੋ ਵੀ ਆ ਤੁਸੀਂ ਉਹ ਸਿਲੈਕਟ ਕਰਨਾ ਆ। ਅਤੇ ਜੇ ਇਹਨਾਂ ਦਾ ਕਿਸੇ ਦਾ ਮੈਰਿਜ ਨਹੀਂ ਹੋਈ, ਅਨਮੈਰਿਡ ਆ, ਉਹ 18 ਸਾਲ ਤੋਂ ਜਿਹੜਾ ਉੱਪਰ ਵਾਲਾ ਆ ਉਹਦੇ ਉੱਤੇ ਟੱਚ ਕਰ ਦੇਣਾ ਪਹਿਲੇ 'ਤੇ। ਅਤੇ ਟੱਚ ਕਰਨ ਤੋਂ ਬਾਅਦ ਫਿਰ ਤੁਸੀਂ ਇਹਨੂੰ ਕੰਟੀਨਿਊ ਕਰ ਦੇਣਾ। ਕੰਟੀਨਿਊ ਕਰਨ ਤੋਂ ਬਾਅਦ ਦੋਸਤੋ ਇਹਦੇ ਵਿੱਚ ਤੁਹਾਡਾ ਜਿਹੜਾ ਪਾਸਪੋਰਟ ਵੀ ਹੋ ਗਿਆ ਆ, ਉਸ ਤੋਂ ਬਾਅਦ ਜਿਹੜਾ ਆ ਸਬਮਿਟ ਕਰ ਦੇਣਾ ਆ। ਅਤੇ ਥੋੜ੍ਹਾ ਜਿਹਾ ਟਾਈਮ ਲੱਗਦਾ, ਮੇਰਾ ਨੈੱਟ ਸਲੋ ਆ ਇਸ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਰਿਹਾ ਆ, ਇੱਕ ਮੇਰਾ ਜਿਹਾ ਗਲਾ ਵੀ ਖਰਾਬ ਆ। ਤਾਂ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਆ ਵੀ ਉਹਨੇ ਜਿਹੜਾ ਉਹਨੀ ਜੇ ਪੀ ਜੀ 'ਚ ਜਾਂ ਪੀ ਡੀ ਐੱਫ ਫਾਈਲ ਦੇ ਵਿੱਚ ਕਿੰਨੀ ਐੱਮ ਬੀ ਤੁਹਾਡੀ ਜਿਹੜੀ ਆ ਫਾਈਲ ਹੋਣੀ ਚਾਹੀਦੀ ਆ, ਉਹ ਤੁਸੀਂ ਜਿਹੜਾ ਆ ਕੰਟੀਨਿਊ ਕਰਕੇ ਉਸ ਤੋਂ ਬਾਅਦ ਜਿਹੜਾ ਆ ਇਹਨੂੰ ਤੁਸੀਂ ਇਹ ਕੰਟੀਨਿਊ ਫੇਰ ਕਰ ਦੇਣਾ ਦੁਬਾਰਾ ਅਪਲੋਡ। ਸੱਚ ਸੋਰੀ ਦੋਸਤੋ, ਇੱਥੇ ਤੁਸੀਂ ਪਾਸਵਰਡ ਆਪਣਾ ਅਪਲੋਡ ਕਰਨਾ ਆ। ਥੋੜ੍ਹਾ ਜਿਹਾ ਮੈਨੂੰ ਭੁਲੇਖਾ ਪੈ ਗਿਆ ਜੀ, ਤੁਸੀਂ ਫਿਰ ਉਹਦੇ ਵਿੱਚ ਫਾਈਲ ਦੇਖਣੀ ਆ, ਫਾਈਲ ਆਪਣੀ ਚੂਜ਼ ਕਰਕੇ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਪਾਸਵਰਡ ਆ ਉਹਨੂੰ ਅਪਲੋਡ ਕਰ ਦੇਣਾ ਆ। ਅਪਲੋਡ ਹੋ ਗਿਆ। ਅਪਲੋਡ ਹੋਣ ਤੋਂ ਬਾਅਦ ਇੱਕ ਦੋ ਮਿੰਟ ਲੱਗਣਗੇ। ਤਾਂ ਉਸ ਤੋਂ ਬਾਅਦ ਦੋਸਤੋ ਇਹ ਤੁਸੀਂ ਫਿਰ ਜਦੋਂ ਅਪਲੋਡ ਹੋ ਗਿਆ ਫਿਰ ਉਹਨੂੰ ਤੁਸੀਂ ਕੰਟੀਨਿਊ 'ਤੇ ਫਿਰ ਉਹਨੂੰ ਤੁਸੀਂ ਟੱਚ ਕਰ ਦੇਣਾ ਆ। ਟੱਚ ਕਰਨ ਤੋਂ ਬਾਅਦ ਲਓ ਦੋਸਤੋ ਇੱਥੋਂ ਇਸ ਤੋਂ ਅੱਗੇ ਜਿਹੜਾ ਤੁਹਾਡਾ ਕੰਟੀਨਿਊ ਫੇਰ ਕਰਨ ਤੋਂ ਬਾਅਦ ਜਿਹੜੀ ਆ ਤੁਹਾਡੀ ਫਾਈਲ ਜਿਹੜੀ ਆ ਸਬਮਿਟ ਹੋ ਗਈ ਆ। ਸਬਮਿਟ ਹੋਣ ਤੋਂ ਬਾਅਦ ਜਿਹੜਾ ਆ ਤੁਹਾਨੂੰ ਤੁਸੀਂ ਆ ਸਾਰਾ ਦੇਖ ਸਕਦੇ ਆ, ਕਨਫਰਮ ਐਂਡ ਅਪਲੋਡ ਇੱਥੇ ਤੁਸੀਂ ਟੱਚ ਕਰ ਦੇਣਾ ਆ। ਟੱਚ ਕਰਨ ਤੋਂ ਬਾਅਦ ਤੁਹਾਨੂੰ ਇੱਕ ਮੈਸੇਜ ਆ ਜਾਣਾ ਆ, ਉਹ ਵੀ ਮੈਂ ਤੁਹਾਨੂੰ ਦਿਖਾਲਦਾ ਆ। ਥੋੜ੍ਹਾ ਜਿਹਾ ਟਾਈਮ ਆ ਲਓ, ਇਹਦੇ ਵਿੱਚ ਜਿਹੜਾ ਆ ਤੁਸੀਂ ਮੈਸੇਜ ਆ ਗਿਆ, ਤੁਸੀਂ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਇਹਨੂੰ ਕੰਟੀਨਿਊ ਕਰ ਦੇਣਾ। ਕੰਟੀਨਿਊ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਤੁਹਾਡੀ ਪੂਰੀ ਜਿਹੜੀ ਫਾਈਲ ਆ ਤੁਸੀਂ ਅਪਲੋਡ ਕੀਤੀ ਹੋਈ ਆ ਇਹਦਾ ਪੂਰਾ ਬਾਇਓਡਾਟਾ ਤੁਹਾਡੇ ਸਾਹਮਣੇ ਆ ਜਾਣਾ ਆ। ਉਸ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਆ ਸਬਮਿਟ ਦੇ ਉੱਤੇ ਟੱਚ ਕਰ ਦੇਣਾ ਆ। ਸਬਮਿਟ 'ਤੇ ਟੱਚ ਕਰਨ ਤੋਂ ਬਾਅਦ ਤੁਸੀਂ ਆ ਫਿਰ ਇਹਨੂੰ ਕਨਫਰਮ ਐਂਡ ਸਬਮਿਟ ਇਹਦੇ ਉੱਤੇ ਟੱਚ ਕਰਨਾ ਆ। ਟੱਚ ਕਰਨ ਤੋਂ ਬਾਅਦ ਦੋਸਤੋ ਇਹ ਜਿਹੜਾ ਆ ਤੁਹਾਡਾ ਜਿਹੜਾ ਆਪਣਾ ਫਾਈਲ ਦਾ ਨੰਬਰ ਆ ਇਹਨੂੰ ਤੁਸੀਂ ਜਿਹੜਾ ਆ ਲੈ ਕੇ ਵੀ ਰੱਖ ਸਕਦੇ ਆ, ਇਹਦਾ ਸਕਰੀਨਸ਼ੋਟ ਲੈ ਕੇ ਵੀ ਰੱਖ ਸਕਦੇ ਆ। ਉੱਦਾਂ ਤੁਹਾਨੂੰ ਮੇਲ ਦੇ ਵਿੱਚ ਵੀ ਆਉਣਾ, ਫਿਰ ਤੁਸੀਂ ਇਹਨੂੰ ਕੰਟੀਨਿਊ ਦੇ ਉੱਤੇ ਟੱਚ ਕਰਕੇ। ਤਾਂ ਉਸ ਤੋਂ ਬਾਅਦ ਜਦੋਂ ਇਹ ਜਿਹੜਾ ਪ੍ਰੋਸੈਸ ਆ ਇੱਕ ਦੋ ਮਿੰਟ ਲੱਗੇਗਾ ਆ ਪ੍ਰੋਸੈਸ ਹੋ ਰਿਹਾ, ਜਦੋਂ ਇਹ ਲਾਈਨ ਜਿਹੜੀ ਆ ਪੂਰੀ ਹੋ ਗਈ ਕਲੀਅਰ, ਉਸ ਤੋਂ ਬਾਅਦ ਜਿਹੜਾ ਤੁਹਾਡਾ ਫਾਈਲ ਆ ਉਹ ਜਿਹੜੀ UK ਦੀ ਗੌਰਮੈਂਟ ਆ ਉਹਦੇ ਕੋਲ ਸਬਮਿਟ ਹੋ ਗਈ ਆ। ਅਤੇ ਉਸ ਤੋਂ ਬਾਅਦ ਤੁਹਾਨੂੰ ਮੇਲ ਆ ਜਾਏਗੀ,
ਮੇਲ ਦੇ ਵਿੱਚ ਉਹ ਤੁਹਾਨੂੰ ਦੱਸ ਦੇਣਗੇ ਵੀ ਜੇ 2 ਵੀਕ ਦੇ ਅੰਦਰ ਅੰਦਰ ਤੁਹਾਨੂੰ ਇਹ ਗੌਰਮੈਂਟ ਵੱਲੋਂ ਕੋਈ ਵੀ ਮੇਲ ਆਉਂਦੀ ਆ, ਤੁਹਾਨੂੰ ਜਿਹੜਾ ਰਿਸਪੋਂਸ ਆਉਂਦਾ ਆ, ਉਸ ਤੋਂ ਬਾਅਦ ਤੁਸੀਂ 30 ਦਿਨ ਦੇ ਵਿੱਚ ਜਿਹੜਾ ਆ ਤੁਸੀਂ ਆਪਣੇ ਡਾਕੂਮੈਂਟ ਸਾਨੂੰ ਸੈਂਡ ਕਰਨੇ ਆ, ਤਾਂ ਦੋਸਤੋ ਉਸ ਤੋਂ ਬਾਅਦ ਜਿਹੜਾ ਤੁਹਾਡਾ ਉਹ ਵੀਜ਼ਾ ਲੱਗ ਗਿਆ ਹੈਗਾ। ਆ ਦੋਸਤੋ ਆਪਣੀ ਜਿਹੜੀ ਫਾਈਲ ਆ ਸਬਮਿਟ ਹੋ ਗਈ ਆ।